ਬੱਚਿਆਂ ਦੇ ਦਿਲ 'ਚ ਹੋਣਗੇ ਤਾਂ ਉਹ ਸਿੱਖਣ ਬਾਰੇ ਸੋਚਣਗੇ ਕਿ ਅਸੀਂ ਸਿੱਖੀਏ ਕਿਉਂਕਿ ਪੰਜਾਬ 'ਚ ਮੈਂ ਚਾਹੁੰਦਾ ਕਿ ਸਿੱਖੇ ਹੋਏ ਕਲਾਕਾਰ ਅੱਗੇ ਆਉਣ ਕਿ ਉਹਨਾਂ 'ਚ ਕੰਪੀਟੀਸ਼ਨ ਹੋਵੇ ਉਹ ਚਾਹੁਣ ਕਿ ਯਾਰ ਅਸੀਂ ਕੁਛ ਵਧੀਆ ਅਤੇ ਕੁਛ ਅਲੱਗ ਲੈ ਕੇ ਆਈਏ ਅਤੇ ਮੇਰੀ ਸਾਰਿਆਂ ਨੂੰ ਇਹੀ ਸ਼ੁਭਕਾਮਨਾਵਾਂ ਕਿ ਇਹੋ ਜਿਹੇ ਪ੍ਰੋਗਰਾਮ ਕਰਵਾਉਂਦੇ ਰਹਿਣ ਅਤੇ ਵਧੀਆ ਚੱਲਦਾ ਰਹੇ। ਹਾਂਜੀ ਹੋਰ ਹੈਗੇ ਕਈ ਵਾਰ ਇਹ ਹੁੰਦਾ ਕਿ ਜਿਵੇਂ ਹੁਣ ਇਹ ਜ਼ੋਨਲ ਲੈਵਲ 'ਤੇ ਹੈ ਕਿ ਕਈ ਵਾਰ ਬੰਦਾ ਜਾਂ ਬੱਚਾ ਜਾਂ ਮਾਂ ਬਾਪ ਸੋਚਦੇ ਕਿ ਯਾਰ ਅਸੀਂ ਉੱਥੇ ਤੱਕ ਅਪਰੋਚ ਨਹੀਂ ਕਰ ਸਕਦੇ ਪਰ ਜਦੋਂ ਸਟਾਰਟ ਇੱਥੋਂ ਮਿਲਦਾ ਇੱਕ ਆਪਣੇ ਸ਼ਹਿਰ ਤੋਂ ਜਾਂ ਆਪਣੇ ਜ਼ੋਨਲ ਆਪਣੇ ਨੇੜੇ ਤੇੜੇ ਤੋਂ ਸਟਾਰਟ ਮਿਲਦਾ ਤਾਂ ਬੰਦੇ 'ਚ ਹੌਸਲਾ ਆਉਂਦਾ ਕਿ ਯਾਰ ਮੈਂ ਅੱਗੇ ਵੀ ਦੇਖਾਂ। ਜਿਹੜੇ ਉਰੇ ਟਰਾਈ ਕਰਨਗੇ ਉਰੇ ਕੁਛ ਆਉਣਗੇ ਤਾਂ ਉਹਨਾਂ 'ਚ ਹੋਰ ਹੌਸਲਾ ਆਊਗਾ ਕਿ ਅਸੀਂ ਦਿੱਲੀ ਜਾਈਏ ਮੁੰਬਈ ਜਾਈਏ ਅਤੇ ਮੈਂ ਇਹੀ ਚਾਹੂੰਗਾ ਕਿ ਇੱਦਾਂ ਦੇ ਲੋਕਲ ਜੋ ਨੇੜੇ ਤੇੜੇ ਦੇ ਪ੍ਰੋਗਰਾਮ ਹੋਣੇ ਚਾਹੀਦੇ ਅਤੇ ਬੱਚਿਆਂ ਦੇ ਦਿਲ 'ਚ ਹੌਸਲਾ ਆਉਣਾ ਚਾਹੀਦਾ। ਹਾਂਜੀ ਮੇਰਾ ਜੋ ਰੀਸੈਂਟ ਸੌਂਗ ਆਇਆ ਸੀ ਇੱਕ ਇੱਕ ਸਾਹ ਅਤੇ ਉਸ ਤੋਂ ਪਹਿਲਾਂ ਪਾਸਟ ਫਿਊਚਰ ਸਪੀਡ ਰੈਕਰਡਸ ਤੋਂ ਆਇਆ ਸੀਗਾ ਅਤੇ ਮੈਂ ਵੀ ਇੱਕ ਸਟਰਗਲਰ ਹੀ ਹਾਂ ਸਿੰਗਰ ਜੋ ਵੀ ਆਪਾਂ ਖੁਦ ਬਣੇ ਹੋਏ ਸਿੰਗਰ ਹਾਂ ਐਵੇਂ ਨਹੀਂ ਹੈਗਾ ਕਿ ਹਾਂਜੀ ਅਸੀਂ ਆਪਣੇ ਮਾਂ ਬਾਪ ਨੂੰ ਕਹਿ ਕੇ ਕਿ ਧੱਕੇ ਨਾਲ ਹੀ ਆ ਸਾਨੂੰ ਗਾਣੇ ਕਢਾਓ ਜਿਵੇਂ ਪੰਜਾਬ 'ਚ ਮਾਹੌਲ ਹੈ ਅਤੇ ਇਹੀ ਸਾਰਿਆਂ ਨੂੰ ਮੇਰੀ ਇੱਕ ਗੁਜ਼ਾਰਿਸ਼ ਹੈ ਕਿ ਸਿੱਖ ਕੇ ਅੱਗੇ ਆਓ ਤਾਂ ਜੋ ਤੁਹਾਨੂੰ ਜਦੋਂ ਕਦੇ ਅੱਗੇ ਗੁਣੀ ਬੰਦਿਆਂ 'ਚ ਜਾ ਕੇ ਖੜਨਾ ਪਵੇ ਤੁਹਾਨੂੰ ਸ਼ਰਮਿੰਦਗੀ ਮਹਿਸੂਸ ਨਾ ਹੋਵੇ ਪਿੱਛੇ ਨੂੰ ਜਾਣ ਦੇ। ਥੈਂਕ ਯੂ। ਹਾਂਜੀ ਮੈਂ ਆਪਣੇ ਗਾਣੇ ਦੇ ਦੋ ਬੋਲ ਕਰਦਾ। ਹੋ ਕਿਸੇ ਨਾਲ ਜੋ ਸ਼ੇਅਰ ਨਹੀਂ ਕਰਨੀ ਉਹ ਗੱਲ ਮੈਂ ਹੋ ਗਿਆ, ਜੋ ਭੁੱਲਣ ਦੀ ਕੋਸ਼ਿਸ਼ ਕਰਦੀ ਉਹ ਪਲ ਮੈਂ ਹੋ ਗਿਆ ਆ। ਵੱਡੀ ਗਲਤੀ ਜ਼ਿੰਦਗੀ ਦੀ ਉਹ ਮੰਨਦੀ ਪਿਆਰ ਮੇਰਾ, ਸੋਚ ਸੋਚ ਕੇ ਪਲਿਓ ਬੜੀ ਹੈਰਾਸਟ ਦੱਸਦੀ ਹਾਂ, ਉਹ ਕਦੇ ਕਹਿੰਦੀ ਸੀ ਤੇਰੇ ਬਿਨਾਂ ਫਿਊਚਰ ਨਹੀਂ ਮੇਰਾ, ਉਹ ਅੱਜ ਕੱਲ੍ਹ ਕਮਲੀ ਮੈਨੂੰ ਆਪਣਾ ਪਾਸਟ ਦੱਸਦੀ ਹਾਂ। ਥੈਂਕ ਯੂ ਜੀ, ਥੈਂਕ ਯੂ। ਵੈਲ ਟੂਡੇ ਸਾਡਾ ਇੱਕ ਟੈਲੈਂਟ ਹੰਟ ਹੋ ਰਿਹਾ ਹੈ ਵੱਖਰਾ ਸਵਾਗ, ਅਤੇ ਇੱਕ ਬਹੁਤ ਵਧੀਆ ਪਲੈਟਫਾਰਮ ਹੈ ਸਾਰੇ ਕੰਟੈਸਟੈਂਟਸ ਲਈ, ਬਿਕੋਜ਼ ਦਿਸ ਇਜ਼ ਹਾਓ ਦੇ ਗਰੋ, ਦਿਸ ਇਜ਼ ਹਾਓ ਦੇ ਲਰਨ, ਦਿਸ ਇਜ਼ ਹਾਓ ਦੇ ਵਿਨ ਦ ਵਰਲਡ। ਸੋ ਆਈ ਬਿਲੀਵ ਦਿਸ ਇਜ਼ ਅ ਵੈਰੀ ਬਿਊਟੀਫੁਲ ਟੈਲੈਂਟ ਦੈਟ ਐਵਰੀ ਵਨ ਸ਼ੁੱਡ ਟੇਕ ਪਾਰਟ ਇਨ ਇਟ, ਐਂਡ ਤੁਸੀਂ ਇਹਨਾਂ ਤੋਂ ਪੁੱਛੋ, ਇਹ ਵੀ ਸਾਡੇ ਨਾਲ ਦੇ ਜੀ। ਸਾਰੀ ਟੀਮ ਨੂੰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ, ਉਹਨਾਂ ਨੇ ਇੰਨਾ ਵਧੀਆ ਪਲੈਟਫਾਰਮ ਔਰਗਨਾਈਜ਼ ਕੀਤਾ ਜਿੱਥੇ ਕਿ ਡਿਫਰੈਂਟ ਡਿਫਰੈਂਟ ਬੱਚਿਆਂ ਨੇ ਆ ਕੇ, ਡਿਫਰੈਂਟ ਡਿਫਰੈਂਟ ਏਜ ਗਰੁੱਪਸ ਦੇ ਬੰਦਿਆਂ ਨੇ ਆ ਕੇ ਆਪਣਾ ਟੈਲੈਂਟ ਸ਼ੋਕੇਸ ਕੀਤਾ, ਅਤੇ ਅਸੀਂ ਸਾਰੇ ਆਲਮੋਸਟ ਪੰਜਾਬ ਦੇ ਮੋਸਟਲੀ ਮੈਟਰੋ ਸਿਟੀਜ਼ ਦੇ ਵਿੱਚ ਆਡੀਸ਼ਨ ਕੀਤੇ ਨੇ। ਬਿੰਨੀ ਭਾਅ ਜੀ ਉਹਨਾਂ ਨੇ ਸਾਡਾ ਬਹੁਤ ਸਾਥ ਦਿੱਤਾ, ਅਤੇ ਸਾਡੀ ਕੋਸ਼ਿਸ਼ ਇਹੀ ਸੀ ਕਿ ਹਰ ਇੱਕ ਜੋ ਡਿਜ਼ਰਵਿੰਗ ਬੰਦਾ ਉਹਨੂੰ ਅੱਗੇ ਲੈ ਕੇ ਆਈਏ, ਕਿਉਂਕਿ ਜਦੋਂ ਇੱਕ ਤੁਹਾਨੂੰ ਜਜਮੈਂਟ ਦੀ ਓਪਰਚੁਨਿਟੀ ਮਿਲਦੀ ਹੈ ਤਾਂ ਤੁਹਾਡੇ 'ਤੇ ਓਬਵੀਅਸਲੀ ਇੱਕ ਰਿਸਪੋਂਸੀਬਿਲਟੀ ਪੈ ਜਾਂਦੀ ਹੈ। ਸੋ ਯੂ ਹੈਵ ਟੂ ਟੈਕਲ, ਉਹਨੂੰ ਕਿੱਦਾਂ ਟੈਕਲ ਕਰਨਾ। ਕਈ ਵਾਰ ਇੰਨਾ ਕੰਪੀਟੀਸ਼ਨ ਹਾਰਡ ਸੀਗਾ ਕਿ 19-21 ਦੇ ਫਰਕ ਕਰਕੇ ਸਾਨੂੰ ਕੁਛ ਡਿਜ਼ਰਵਿੰਗ ਕੰਟੈਸਟੈਂਟਸ ਵੀ ਅੱਗੇ ਨਹੀਂ ਲਿਆ ਪਾਏ, ਬਟ ਜਿੰਨੇ ਵੀ ਅਸੀਂ ਕੰਟੈਸਟੈਂਟਸ ਲੈ ਕੇ ਆਏ ਹਾਂ, ਜਿੰਨੇ ਵੀ ਅਸੀਂ ਕੁਆਂਟਿਟੀ ਚਾਹੇ ਘੱਟ ਹੋਵੇ ਬਟ ਕੁਆਲਿਟੀ ਮੈਟਰਸ ਜਿਹੜੀ ਕਿ ਅਸੀਂ ਅੱਗੇ ਲੈ ਕੇ ਆਏ ਹਾਂ, ਬਟ ਸਟਿਲ ਜਿਹੜੇ ਅੱਗੇ ਨਹੀਂ ਵੀ ਆਏ ਹੈਗੇ ਐਟਲੀਸਟ ਉਹ ਸਟੇਜ ਫੀਅਰ ਆਪਣਾ ਖਤਮ ਕਰਕੇ ਗਏ ਨੇ, ਐਟਲੀਸਟ ਆਪਣੇ ਨਾਲ ਕੌਨਫੀਡੈਂਸ ਲੈਵਲ ਗੇਨ ਕਰਕੇ ਗਏ ਨੇ। ਸੋ ਮੇਰੇ ਵੱਲੋਂ ਜਿੰਨੇ ਵੀ ਪਾਰਟੀਸਪੈਂਟਸ ਆ, ਜਿੱਤਣ ਚਾਹੇ ਨਾ ਜਿੱਤਣ, ਸਾਰਿਆਂ ਨੂੰ ਮੇਰੇ ਵੱਲੋਂ ਸਾਰਿਆਂ ਨੂੰ ਬੈਸਟ ਵਿਸ਼ਿਸ, ਬਿਕੋਜ਼ ਜਿੱਤਣਾ ਹਾਰਨਾ ਇੱਕ ਦਿਨ ਨਹੀਂ ਹੁੰਦਾ, ਮੈਂ ਹਮੇਸ਼ਾ ਕਹਿੰਦਾ ਹੁੰਦਾ ਪਾਰਟੀਸਪੇਸ਼ਨ ਇਜ਼ ਮੱਚ ਮੋਰ ਇੰਪੋਰਟੈਂਟ ਦੈਨ ਵਿਨਿੰਗ, ਕਿ ਉਹ ਉਮੀਦ ਕਰਦੇ ਹਾਂ ਕਿ ਬੈਸਟ ਕੰਟੈਸਟੈਂਟ ਹੋਵੇ ਜਿਹੜਾ ਉਹ ਡਿਜ਼ਰਵਿੰਗ ਹੋਵੇ ਉਹ ਜਿੱਤੇ, ਅਤੇ ਬਾਕੀ ਦੇਖਦੇ ਹਾਂ ਕੰਪੀਟੀਸ਼ਨ ਕਿਵੇਂ ਜਾਂਦਾ। ਗੌਰਵ ਭਾਅ ਜੀ ਨੇ, ਦਿੱਤੀ ਜੀ ਨੇ ਕਿਹਾ ਹੀ ਦਿੱਤਾ, ਬਾਕੀ ਸਾਡੀ ਕੋਸ਼ਿਸ਼ ਐਜ਼ ਅ ਜੱਜ ਇਹੀ ਹੋਊਗੀ ਜੀ, ਅਸੀਂ ਮਤਲਬ ਜਿਹੜੇ ਵਧੀਆ ਨੇ, ਜਿਹੜੇ ਡਿਜ਼ਰਵਿੰਗ ਨੇ, ਉਹਨਾਂ ਨੂੰ ਜਿਤਾਈਏ, ਉਹਨਾਂ ਨੂੰ ਉੱਪਰ ਲੈ ਕੇ ਆਈਏ। ਸੋ ਬਾਕੀ ਲੈਟਸ ਹੋਪ ਫੋਰ ਦਾ ਬੈਸਟ, ਬਾਕੀ ਸਾਰੇ ਜਿਹੜੇ ਕੰਟੈਸਟੈਂਟਸ ਨੇ ਉਹਨਾਂ ਨੂੰ ਸਾਡੇ ਸਾਰਿਆਂ ਨੂੰ ਬਹੁਤ ਬਹੁਤ ਕਹਿ ਲਓ ਤੁਸੀਂ ਕਿ ਸਾਡੇ ਵੱਲੋਂ ਬੈਸਟ ਵਿਸ਼ਿਸ ਨੇ, ਬਸ ਆਪਣੇ ਵਧੀਆ ਤਰੀਕੇ ਨਾਲ ਪਰਫੋਰਮ ਕਰਨ ਅਤੇ ਆਪਣਾ ਜੋ ਵੀ ਬੈਸਟ ਦੇਣ। ਥੈਂਕ ਯੂ। ਪਰ ਇੱਥੇ ਹੀ ਸੁਣਾਉਣ ਲੱਗਾ ਫਿਰ। ਹਾਂ, ਉਹ 21 ਵਿੱਚ ਗੱਭਰੂ ਜਵਾਨੀ ਚੱਲੇ ਕਹਿਰ ਦੀ, 18 ਨੂੰ ਟੱਪੀ ਕੁੜੀ 19 ਵਿੱਚ ਟਹਿਲਦੀ, ਆ ਮੁੰਡਾ ਲੱਖਾਂ ਦਿਲਾਂ ਉੱਤੇ ਕਰੀ ਜਾਵੇ ਰਾਜ, ਤੇਰੀ ਅੱਖ ਦਾ ਨਸ਼ਾ ਏ ਜੇ ਸ਼ਰਾਬ ਵਰਗਾ, ਉਹ ਜੇ ਤੂੰ ਲੱਗੇ ਪਰੀਆਂ ਦੀ ਭੈਣ ਮੁਟਿਆਰੇ ਮੁੰਡਾ, ਤੋਹਫੇ ਵਿੱਚ ਦਿੱਤੇ ਹੋਏ ਗੁਲਾਬ ਵਰਗਾ, ਉਹ ਜੇ ਤੂੰ ਲੱਗੇ ਪਰੀਆਂ ਦੀ ਭੈਣ ਮੁਟਿਆਰੇ ਮੁੰਡਾ, ਤੋਹਫੇ ਵਿੱਚ ਦਿੱਤੇ ਹੋਏ ਗੁਲਾਬ ਵਰਗਾ। ਥੈਂਕ ਯੂ ਜੀ।